ਹੈਲੋ ਗਾਇਜ਼ ਹੋਪ ਤੁਸੀਂ ਸਾਰੇ ਆਪਣੇ ਘਰ 'ਚ ਠੀਕ ਠਾਕ ਖੁਸ਼ਪਾਸ ਤੇ ਰਾਜੀ-ਬਾਜੀ ਹੋਵੋਗੇ ਉਮੀਦ ਕਰਨੀ ਹੈ ਕਿ ਸਭ ਸਹੀ ਚੱਲ ਰਿਹਾ ਹੋਏਗਾ ਸਭ ਵਧੀਆ ਚੱਲ ਰਿਹਾ ਹੋਏਗਾ ਲੇਕਿਨ ਤੁਸੀਂ ਜਿਵੇਂ ਕਿ ਦੇਖ ਸਕਦੇ ਹੋ ਵੀਡੀਓ 'ਚ ਕਿ ਮੇਰੇ ਕੋਕੋ ਔਰ ਚੈਰੀ ਉਜੜਣੇ ਹੋ ਇੱਕ ਹਫਤਾ ਹੋ ਗਿਆ ਹੈ ਕਿ ਉਹ ਬਿਮਾਰ ਹੋ ਗਏ ਨੇ ਔਰ ਉਹਨਾਂ ਵਿੱਚੋਂ ਜਿਹੜਾ ਕੋਕੋ ਹੈ ਕੋਕੋ ਨੂੰ ਅਸੀਂ ਬਹੁਤ ਜ਼ਿਆਦਾ ਉਹਦੀ ਕੇਅਰ ਕੀਤੀ ਲੇਕਿਨ ਉਹ ਸਾਡੇ ਵਿੱਚੋਂ ਨਹੀਂ ਹੈ ਉਹ ਫੋਟ ਹੋ ਗਈ ਹੈ ਅ ਸ਼ਾਇਦ ਖੁਦਾ ਦੀ ਹੀ ਮਰਜ਼ੀ ਸੀ ਬਟ ਚੈਰੂ ਦੀ ਵੀ ਤਬੀਅਤ ਕੋਈ ਠੀਕ ਨਹੀਂ ਹੈ ਮੈਂ ਏਸੀ وجہ ਤੋਂ ਪੂਰਾ ਵੀਕ ਜਿਹੜਾ ਵਲੌਗ ਨਹੀਂ ਕਰ ਪਾਈ ਬਟ ਮੈਂ ਸੋਚਿਆ ਕਿ ਚਲੋ ਜਿਹੜਾ ਮੈਂ ਥੋੜੇ ਛੋਟੇ-ਮੋਟੇ ਕਲਿੱਪਸ ਬਣਾਏ ਨੇ ਅੱਜ ਮੈਂ ਵਲੌਗ ਅਪਲੋਡ ਕਰੀ ਦਾ ਇਨਵੈਟਡ ਕਰਕੇ ਲੇਕਿਨ ਮੇਰਾ ਬਿਲਕੁਲ ਵੀ ਵਲੌਗ ਕਰਨ ਤੇ ਇਵਨ ਕਿ ਮੇਰਾ ਵੌਇਸਓਵਰ ਕਰਨ ਤੇ ਵੀ ਬਿਲਕੁਲ ਦਿਲ ਨਹੀਂ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਵੀਡੀਓ 'ਚ ਕਿ ਦੋਵੇਂ ਜਿਹੜੇ ਨੇ ਆ ਇਧਰ ਵਾਲੀ ਜਿਹੜੀ ਥੋੜਾ ਡਾਊਨ ਹੈ ਜ਼ਿਆਦਾ ਕੋਕੋਏ ਔਰ ਦੂਸਰੇ ਪਾਸੇ ਜਿਹੜਾ ਥੋੜਾ ਮੂਵਮੈਂਟ ਕਰ ਰਿਹਾ ਔਰ ਚੈ ਹਸਪੀਟਲ ਜੀ ਵੀ ਜਾ ਕੇ ਚੈੱਕ ਕਰਾਇਆ ਵੈਟਰਨਰੀ ਡਾਕਟਰ ਨੂੰ ਉਹਨਾਂ ਨੇ ਮੈਡੀਸਿਨ ਦਿੱਤੀ ਉਸ ਤੋਂ ਪਹਿਲੇ ਹੀ ਅਸੀਂ ਇਹਨੂੰ ਫਲੇਜੂਅਲ ਟੈਬਲਟਸ ਮਾਂਮਾ ਦੇ ਚੁੱਕੇ ਸਨ ਤੁਸੀਂ ਜਿਵੇਂ ਕਿ ਵੀਡੀਓ ਚ ਦੇਖ ਲਿਆ ਯਾਰ ਜਿਨ੍ਹਾਂ ਨੂੰ ਜਿਨ੍ਹਾਂ ਦੇ ਕੋਲ ਪੈਟਸ ਹੁੰਦੇ ਨੇ ਜਿਹੜੇ ਲੋਕ ਪੈਟਸ ਰੱਖਦੇ ਨੇ ਉਹ ਇਸ ਐਮੀਤ ਨੂੰ ਸਮਝ ਸਕਦੇ ਨੇ ਕਿ ਉਹ ਇਸ ਫੀਲਿੰਗ ਨੂੰ ਸਮਝ ਸਕਦੇ ਨੇ ਕਿ ਤੁਸੀਂ ਕਿੰਨਾ ਡਾਊਨ ਫੀਲ ਕਰਦੇ ਹੋ ਤੁਹਾਨੂੰ ਕਿੰਨਾ ਸਟ्रेस ਹੁੰਦਾ ਔਰ ਤੁਸੀਂ ਕਿੰਨਾ ਉਦਾਸ ਹੋ ਜਾਂਦੇ ਹੋ ਬਟ ਅਸੀਂ ਇਹਨਾਂ ਦੀ ਕੇਅਰ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਯਾਰ ਲੇਕਿਨ ਸ਼ਾਇਦ ਉਹਨਾਂ ਨੂੰ ਠੰਡ ਲੱਗ ਗਈ ਹੈ ਜਾਂ ਕੀ ਹੋਇਆ ਮੈਨੂੰ ਨਹੀਂ ਪਤਾ ਬਟ ਸ਼ਾਇਦ ਉਹਨਾਂ ਵਾਸਤੇ ਹੈ ਸ਼ਹਿਰ ਜਾਂ ਹੈ ਸਰਦੀ ਬਹੁਤ ਜ਼ਿਆਦਾ ਹੈ ਤੇ ਇਸ وجہ ਤੋਂ ਹੀ ਜਿਹੜਾ ਉਹ ਨਹੀਂ ਸਰਵਾਈਵ ਕਰ ਪਾਇਆ ਹਾਲਾਂਕਿ ਅਸੀਂ ਉਹਨਾਂ ਨੂੰ ਹਰ ਜੋ ਵੀ ਡਾਕਟਰ ਨੇ ਮੈਡੀਸਿਨ ਦਿੱਤੀ ਉਹ ਪ੍ਰੋਪਰ ਟਾਈਮਿੰਗ ਦੇ ਸਾਬ ਨਾਲ ਦਿੱਤੀ ਉਹਨਾਂ ਨੂੰ ਫੀਡ ਵੀ ਅਸੀਂ ਜਿਹੜਾ ਉਹ ਸਿਰਿੰਜਿਸ ਦੇ ਨਾਲ ਸੌਫਟ ਡਾਈਟ ਵਗੈਰਾ ਕਰਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੀਟਰ ਲਾ ਕੇ ਦਿੱਤਾ ਉਹਨਾਂ ਨੂੰ ਕਮਰੇ 'ਚ ਬਿਸਤਰ ਲਾ ਕੇ ਦਿੱਤਾ ਈਵਨ ਸਟੀਮ ਤੱਕ ਕਰਾਈ ਐ ਜਿਹੜੇ ਦਿਨ ਪਹਿਲੇ ਦਿਨ ਕੋਕੋ ਚੈਰੂ ਨੂੰ 1 ਵੀਕ ਪਹਿਲੇ ਡੈਡੀ ਜੈਕਬ ਕਰਾ ਕੇ ਲਿਆਏ ਹਸਨ ਤੇ ਉਹਨਾਂ ਨੇ ਮੈਡੀਸਿਨ ਦਿੱਤੀ ਸੀ ਉਹ ਮੈਡੀਸਿਨ ਮੈਂ ਇਹਨਾਂ ਨੂੰ ਖਿਲਾ ਰਹੀ ਸਾਂ ਯਾਰ ਮੈਂ ਤੁਹਾਨੂੰ ਪਤਾ ਹੈ ਮੇਰੀ ਕਿੰਨੀ ਰੌਣਕ ਲੱਗੀ ਹੋਈ ਸੀ ਔਰ ਹੁਣੇ ਤਾਂ ਮੈਂ ਸ਼ਾਇਦ ਇਹਨਾਂ ਦੇ ਬਾਰੇ 'ਚ ਇਹਨਾਂ ਮਤਲਬ ਜ਼ਿਆਦਾ ਖੁਸ਼ ਸਾਂ ਮੈਂ ਇਹਨੀਆਂ ਜ਼ਿਆਦਾ ਇਹਨਾਂ ਦੇ ਨਾਲ ਅਸੀਂ ਟਾਈਮ ਨਹੀਂ ਸਪੈਂਡ ਕੀਤਾ ਜਿੰਨਾ ਮਤਲਬ ਅਸੀਂ ਕਰਨਾ ਚਾਹੁੰਦੇ ਸਾਂ ਬਟ ਜੋ ਵੀ ਖੁਦਾਮੰਦ ਦੀ ਮਰਜ਼ੀ ਹੈ ਮੇਰੀ ਆਈ ਦੁਆ ਹੈ ਕਿ ਅਗਰ ਤੁਹਾਡੇ ਕੋਲ ਜਿੰਨੇ ਵੀ ਪੈਟ ਐਨੀਮਲਸ ਨੇ ਖੁਦਾਮੰਦ ਉਹਨਾਂ ਨੂੰ ਆਪਣੀ ਪਨਾਹ 'ਚ ਰੱਖੇ ਔਰ ਕਦੀ ਵੀ ਕਿਸੇ ਦੇ ਕਿਸੇ ਵੀ ਪੈਟ ਐਨੀਮਲ ਨੂੰ ਕੁਛ ਨਾ ਹੋਵੇ ਕਿਉਂਕਿ ਯਾਰ ਮੈਂ ਇਸ ਫੀਲ ਖਣਾ ਵੀ ਬਿਲਕੁਲ ਛੱਡ ਦਿੱਤਾ ਸੀ ਉਹ ਲੋ ਉਹ ਖਾ ਹੀ ਨਹੀਂ ਕੁਝ ਵੀ ਪਾ ਰਹੀ ਸੀ ਬਟ ਚੈਰੂ ਫਿਰ ਵੀ ਥੋੜਾ ਥੋੜਾ ਖਾ ਰਿਆ ਸੀ ਇਹਨਾਂ ਨੂੰ ਸਭ ਤੋਂ ਪਹਿਲੇ ਸਰਦੀ ਦੀ وجہ ਤੋਂ ਡਾਇਰੀਆ ਹੋ ਗਿਆ ਐਂਡ THEN ਡਾਇਰੀ ਡਾਇਰੀ ਇਹ ਤੋਂ ਬਾਅਦ ਚੈਸਟ ਕੰਜੈਸ਼ਨ ਵਗੈਰਾ ਔਰ ਇਹਨਾਂ ਫਲੂ ਔਰ ਇਵਨ ਕੇ ਕੋਕੋ ਨੂੰ ਤੇ ਫੀਵਰ ਵੀ ਸੀ ਤੇ ਚੈਰੂ ਜਿਹੜਾ ਉਹ ਥੋੜਾ ਬਹੁਤ ਕੁਛ ਨਾ ਕੁਛ ਫਿਰ ਵੀ ਖਾ ਰਿਆ ਸੀ ਲੇਕਿਨ ਅਜ ਜਦੋਂ ਕਿ ਮੈਂ ਹੁਣ ਵਾਈਸਓਵਰ ਕਰ ਰਹੀ ਹਾਂ ਇੱਕ ਵੀਕ ਬਾਅਦ ਤੇ ਆਰ ਕਿਉਂਕਿ ਅਸੀਂ ਇਹਨਾਂ ਚ ਬਹੁਤ ਬੀਜ਼ੀ ਸਾ ਹੁਣ ਨਾ ਚੈਰੂ ਦੀ ਤਬੀਅਤ ਵੀ ਕੋਈ ਠੀਕ ਨਹੀਂ ਹੈ ਯਾਰ ਉਹ ਬਹੁਤ ਡਾਊਨ ਹੈ ਬਹੁਤ ਜ਼ਿਆਦਾ ਇਧਰ ਤੇ ਜਿਹੜਾ ਅਲੀਸ਼ਾ ਔਰ ਰੂਜ ਇਹਨਾਂ ਟਾਈਮ ਨਹੀਂ ਦੇ ਪਾਉਂਦੇ ਸਨ ਕੋਕੋ ਚੈਰੂ ਨੂੰ ਤੇ ਜਦੋਂ ਉਹ ਬਿਮਾਰ ਹੋਏ ਯਾਰ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਉਹਨਾਂ ਦੀ ਕੇਅਰ ਕਰ ਰਹੇ ਨੂੰ ਹੀ ਉਹਨੂੰ ਨਵਾਂ ਖੇਸ ਅਸੀਂ ਮਤਲਬ ਆਪਣਾ ਉਹਨਾਂ ਵਾਸਤੇ ਯੂਜ਼ ਕਰ ਲਿਆ ਔਰ ਉਹਨੂੰ एमके ਉਸ ਜਿਹੜਾ ਪੇਟ ਕੇ ਉਹ ਹੀਟਰ ਦੇ ਸਾਹਮਣੇ ਉਹਨੂੰ ਸਿਕਾਈ ਕਰ ਰਹੇ ਸਨ ਰੋਜ਼ ਨੇ ਉਹਨੂੰ ਸਟੀਮ ਵੀ ਦਿੱਤੀ ਤਾਂ ਕਿ ਉਹਦੀ ਜਿਹੜਾ ਨਾ ਉਹ ਥੋੜੀ ਕੰਜੈਸ਼ਨ ਠੀਕ ਹੋ ਜਾਏ ਤੇ ਯਾਰ ਮਤਲਬ ਅਸੀਂ ਇੱਕ ਤੁਸੀਂ ਆਪਣੇ ਘਰ ਕੋਈ ਵੀ ਪੈਟ ਐਨੀਮਲ ਰੱਖਦੇ ਹੋ ਨਾ ਤੁਹਾਨੂੰ ਉਹਦੇ ਨਾਲ ਬਹੁਤ ਲਗਾਓ ਹੋ ਜਾਂਦਾ ਹੈ ਬਹੁਤ ਪਿਆਰ ਹੋ ਜਾਂਦਾ ਹੈ ਏਸੀ وجہ ਤੋਂ ਮੇਰੇ ਕੋਲ ਵਲੌਗ ਹੋ ਹੀ ਨਹੀਂ ਪਾਰਿਆ ਸੀ ਬਟ ਚਲੋ ਠੀਕ ਹੈ ਖੁਦਾਮੰਦੀ ਜੋ ਵੀ ਮਰਜ਼ੀ ਹੈ ਬਟ ਇੱਕ ਅਟੈਚਮੈਂਟ ਹੋ ਜਾਂਦੀ ਹੈ ਤੁਹਾਨੂੰ ਬਹੁਤ ਜ਼ਿਆਦਾ ਪਰਸਨਲ ਪਰ ਚਲੋ ਜੋ ਖੁਦਾ ਦੀ ਮਰਜ਼ੀ ਰਾਤ ਦੇ ਟਾਈਮ ਵੀ ਮੈਨੂੰ ਨੀਂਦ ਹੀ ਨਹੀਂ ਆ ਰਹੀ ਸੀ ਐਪ੍ਰੋਕਸ ਰਾਤ ਦੇ 2 ਵਜੇ ਕੋਕੋ ਚੈਰੂ ਨੂੰ ਅਸੀਂ ਆਪਣੇ ਰੂਮ 'ਚ ਹੀ ਸਟੇ ਕਰਾਇਆ ਸੀ ਔਰ ਉਹ ਬਹੁਤ ਜ਼ਿਆਦਾ ਉਹਨੂੰ ਕਫ ਹੋ ਰਹੀ ਸੀ ਜਿਸ ਦੀ وجہ ਤੋਂ ਉਹ ਨਹੀਂ ਸੋ ਪਾਈ ਫਿਰ ਸਵੇਰ ਉੱਠ ਕੇ 6 ਵਜੇ ਜਿਹੜਾ ਉਹਦੀ ਮੈਡੀਸਨ ਦਾ ਟਾਈਮ ਸੀ ਤੇ ਸ਼ਮਰੂਨ ਜਿਹੜਾ ਵੱਡਾ ਭਰਾ ਮੇਰਾ ਉਹਨਾਂ ਨੂੰ ਫੀਡ ਕਰਾ ਰਹੇ ਸਨ ਔਰ ਉਹਨਾਂ ਨੂੰ मेडिसिन वगैरह दे रहे सनते चारू तो फिर भी थोड़ा एक्टिव थी बट हुन चारू वास्ते भी प्लीज ਤੁਸੀਂ ਪ੍ਰੇ ਕਰੋ ਉਹਦੀ ਤਬੀਅਤ ਨਹੀਂ ਠੀਕ ਉਹ ਬਹੁਤ ਡਾਊਨ ਹੈ ਉਹ ਬਹੁਤ ਜ਼ਿਆਦਾ ਮਤਲਬ ਉਹ ਉਹਦੀ ਹੁਣ ਉਹ ਕੰਡੀਸ਼ਨ ਜਿਹੜੀ ਕੋਕੋ ਦੀ ਸੀ ਔਰ ਕੋਕੋ ਤੇ ਸਾਡੇ ਵਿੱਚ ਨਹੀਂ ਰਿਹਾ ਸਾਡੇ ਘਰ ਮਤਲਬ ਬਹੁਤ ਰौनक ਲੱਗੀ ਹੋਈ ਸੀ ਇਹ ਵੇਖੋ ਕੋਕੋ ਦੀ ਲਾਸਟ ਵੀਡੀਓ ਹੈ ਉਹ ਜਿਵੇਂ ਬਿਲਕੁਲ ਬਿਲਕੁਲ ਕੋਈ ਸਿਹਰੀ ਨਹੀਂ ਕੋਈ ਮੂਵਮੈਂਟ ਹੀ ਨਹੀਂ ਹੋ ਰਹੀ ਸੀ ਯਾਰ ਮੇਰੇ ਤੋਂ ਉੱਤੇ ਦੇਖਿਆ ਹੀ ਨਹੀਂ ਜਾ ਰਿਹਾ ਸੀ ਬਟ ਫਿਰ ਵੀ ਮੈਂ 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 ਬਸ ਕੋਸ਼ਿਸ਼ ਕੀਤੀ ਕਿ ਮੈਂ ਥੋੜਾ ਥੋੜਾ ਜਿਹੜੇ ਮੇਰੇ ਕੋਲ ਕਲਿਪਸ ਬੰਡ ਦੇਣੇ ਮ ਬੜਾ ਮਾ ਬਟ ਮੇਰਾ ਬਹੁਤ ਅੱਛਾ ਟਾਈਮ ਗੁਜ਼ਰਿਆ ਹੈ ਔਰ ਇਹ ਕੱਲ ਰਾਤ ਮੈਂ ਕੋਕੋ ਨੂੰ ਚਾਰੂ ਨੂੰ ਸੌਰੀ ਸਟੀਮ ਕਰਾ ਰਹੀ ਸਾਂ ਤੇ ਮੈਂ ਫਿਰ ਇਹਦਾ ਵੀਡੀਓ ਬਣਾਇਆ 10 10 ਮਿੰਟਸ ਵਾਸਤੇ ਮੈਂ ਨੂੰ ਸਟੀਮ ਦਿੱਤੀ ਤੇ ਉਸ ਦਿਨ ਉਹਨੂੰ ਕਾਫੀ ਰਿਲੀਫ ਮਿਲਿਆ ਸੀ ਪਲੀਜ਼ ਤੁਸੀਂ ਜ਼ਿਬਾ ਕਰ ਦੋ ਰਹਿਵੇਂ ਤੇ ਕਮੈਂਟਸ ਨਾ ਕਰਿਆ ਕਰੋ ਖਾਸ ਤੌਰ ਤੇ ਪੈਟ ਐਨੀਮਲਸ ਦੇ ਬਾਰੇ ਵਿੱਚ ਬਾਕੀ ਮੇਰੀ ਦੁਆ ਹੈ ਤੁਹਾਡੇ ਸਾਰੇ ਉਹ ਜਿੰਨਾ ਕੋ ਵੀ ਪੈਟ ਐਨੀਮਲਸ ਨੇ ਖੁਦਾ ਉਹਨਾਂ ਨੂੰ ਸੇਤ ਤੰਦਰੁਸਤੀ ਦੇ ਪਲੀਜ਼ ਉਹਨਾਂ ਨੂੰ ਠੰਡ ਤੋਂ ਬਚਾ ਕੇ ਰ ਨੂੰ ਪ੍ਰੋਪਰ ਡਾਈਟ ਪਿਆ ਕਰੋ ਐਂਡ ਗੇਸਰ ਆਪਣਾ ਵੀ ਬਹੁਤ ਖਿਆਲ ਰੱਖੋ ਮਿਲਾਂਗੇ ਮੈਂ ਤੁਹਾਡੇ ਨਾਲ ਨੈਕਸਟ ਇੱਕ ਵਲੌਗ 'ਚ ਤੇ ਪਲੀਜ਼ ਤੁਸੀਂ ਜਿਹੜਾ ਚਾਰੂ ਨੂੰ ਵੀ ਆਪਣੀ ਦੁਆਵਾਂ 'ਚ ਯਾਦ ਰੱਖਿਓ ਔਰ ਦਿਲ ਨੂੰ ਖੁਦਾ ਹੀ ਤਸੱਲੀ ਦਿੰਦਾ ਯਾਰ ਬਟ ਮੇਰੇ ਕੋਲ ਵਲੌਗ ਹੋ ਹੀ ਨਹੀਂ ਪਾਇਆ ਪੂਰੇ ਵੀਕ 'ਚ ਮੇਰਾ ਦਿਲ ਹੀ ਨਹੀਂ ਹੋਇਆ ਤੇ ਕੱਲ ਵੀ ਮੈਂ ਸੋਚਿਆ ਸੀ ਉਹ ਇਸਵਰ ਕਰਾਂ ਬਟ ਨਹੀਂ ਹੋ ਪਾਇਆ ਮੇਰੇ ਕੋਲ ਔਰ ਤੁਸੀਂ ਦੇਖ ਸਕਦੇ ਹੋ ਵੀਡੀਓ 'ਚ ਕਿ ਕਿਵੇਂ ਉਹਨੂੰ ਸਾਹਸ ਲੈਣ 'ਚ ਵੀ ਮਸਲਾ ਹੋ ਰਿਹਾ ਔਰ ਉਹ ਖੁਦ ਅੱਪੀ ਅੱਗੇ ਹੋ ਕੇ ਸਟੀਮ ਲੈ ਰਿਹਾ ਫਿਰ ਮੈਂ ਉਹਨੂੰ ਮੈਡੀਸਿਨ ਖੁਲਾਣ ਵਾਸਤੇ ਆਪਣੇ ਕੋਲ ਬਿਠਾਇਆ ਸੀ ਥੋੜਾ ਰਿਲੈਕਸ ਕਰਨ ਲਈ ਬਟ ਉਹ ਬਹੁਤ ਡਾ ਹੋਪ ਤੁਸੀਂ ਸਾਰੇ ਜਿਹੜਾ ਨਾ ਉਹ ਚੈਰੂ ਵਾਸਤੇ ਪ੍ਰੇ ਕਰੋਗੇ ਐਂਡ ਆਪਣਾ ਵੀ ਬਹੁਤ ਖਿਆਲ ਰੱਖੋ ਆਪਣੇ ਪੈਟ ਐਨੀਮਲਸ ਦਾ ਵੀ ਬਹੁਤ ਖਿਆਲ ਰੱਖੋ ਕਿਸੇ ਗੱਲ ਦੀ ਫਿਕਰ ਨਾ ਕਰਿਆ ਕਰੋ ਜਦੋਂ ਫੈਮਿਲੀ ਤੁਹਾਡੇ ਨਾਲ ਹੈ ਤੁਸੀਂ ਸਬ ਟੁਗੇਦਰ ਹੋ ਯੂਨਿਟੀ ਹੈ ਤੇ ਕਿਸੇ ਵੀ ਗੱਲ 'ਚ ਤੁਸੀਂ ਘਬਰਾਉਣ ਦੀ ਤੁਹਾਨੂੰ ਕੋਈ ਲੋੜ ਨਹੀਂ ਹੈ ਵਕਤ ਤੇ ਵਕਤ گزر ਜਾਏਗਾ ਤੇ ਮਿਲਾਂਗੇ ਮੈਂ ਤੁਹਾਨੂੰ ਨੈਕਸਟ ਬਲੌਗ 'ਚ ਉਨਤਕ ਨਾਲ ਰਹੋ